ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੱਜ ਬਟਾਲਾ ਵਿਖੇ ਸਾਬਕਾ ਵਿਧਾਇਕ ਅਤੇ ਭਾਜਪਾ ਨੇਤਾ ਜਗਦੀਸ਼ ਰਾਜ ਸਾਹਣੀ ਦੇ ਘਰ ਦਾ ਘਿਰਾਓ ਕੀਤਾ ਗਿਆ ਅਤੇ ਭਾਜਪਾ ਦੇ ਖਿਲਾਫ ਜੰਮ ਕੇ ਨਾਰੇਬਾਜ਼ੀ ਕੀਤੀ ਗਈ। ਕਿਸਾਨਾਂ ਦਾ ਕਹਿਣਾ ਸੀ ਕਿ ਇਹ ਅੱਜ ਨਵੇਂ ਸਾਲ ਦਾ ਆਗਾਜ਼ ਹੈ, ਪਰ ਅੱਜ ਪੰਜਾਬ ਦਾ ਹਰ ਕਿਸਾਨ ਇਸ ਨਵੇਂ ਸਾਲ ਨੂੰ ਨਹੀਂ ਮਨਾ ਰਿਹਾ, ਬਲਕਿ ਉਹ ਆਪਣੇ ਹੱਕਾਂ ਲਈ ਸੰਘਰਸ਼ ਕਰ ਰਿਹਾ ਹੈ, ਚਾਹੇ ਦਿੱਲੀ ਮੋਰਚਾ ਹੋਵੇ ਜਾਂ ਪੰਜਾਬ 'ਚ ਚੱਲ ਰਹੇ ਮੋਰਚੇ। ਉਹਨਾਂ ਕਿਹਾ ਕਿ ਭਾਜਪਾ ਦੇ ਨੇਤਾਵਾਂ ਦੇ ਘਰ ਦਾ ਘਿਰਾਓ ਇਸ ਲਈ ਕੀਤਾ ਜਾ ਰਿਹਾ ਕਿਉਂਕਿ ਇਹ ਭਾਜਪਾ ਦੇ ਨੇਤਾ ਜੋ ਖੁਦ ਪੰਜਾਬੀ ਹਨ ਅਤੇ ਪੰਜਾਬ ਦੇ ਲੋਕਾਂ ਦੀਆਂ ਵੋਟਾਂ ਨਾਲ ਹੀ ਨੇਤਾ ਬਣੇ ਹਨ। ਅੱਜ ਜਦ ਉਹੀ ਵੋਟਰ ਸੜਕਾਂ ਅਤੇ ਪਰਿਵਾਰਾਂ ਨਾਲ ਠੰਡ 'ਚ ਸੰਘਰਸ਼ ਕਰ ਰਹੇ ਹਨ। ਤੁਹਾਡੇ ਮਾਧਿਅਮ ਰਾਹੀਂ ਇੱਕ ਸਰਕਾਰ ਨੂੰ ਮੈਸੇਜ ਦੇਣਾ ਚਾਹੁੰਦਾ ਕਿ ਇਹ ਸਰਕਾਰਾਂ ਲੋਕਾਂ ਦੀ ਵੈਲਫੇਅਰ ਲਈ ਬਣਾਈ ਜਾਂਦੀਆਂ, ਲੋਕਾਂ ਦੇ ਹੱਕ ਹਕੂਕ ਚੰਗੇ ਉਹ ਕਾਨੂੰਨ ਬਣਾਏ ਜਾਂਦੇ ਨੇ ਕਿ ਜਿਨ੍ਹਾਂ ਦੇ ਤਹਿਤ ਹਰ ਪਬਲਿਕ ਜਿਹੜੀ ਉਹ ਸੁਖੀ ਵਸੇ, ਉਹ ਕਾਨੂੰਨ ਨਹੀਂ ਬਣਾਏ ਜਾਂਦੇ ਜਿਨ੍ਹਾਂ ਦੇ ਤਹਿਤ ਪਬਲਿਕ ਜਿਹੜੀ ਉਹਨਾਂ ਦਾ ਰਗਾ ਘੁੱਟ ਦਿੱਤੀਆਂ ਜਾਣ ਅਤੇ ਉਹ ਜਿਹੜੇ ਰੋਜ਼ੀ ਰੋਟੀ ਤੋਂ ਵੀ ਆਥਰ ਹੋ ਜਾਣ। ਇਹਨਾਂ ਨੇ ਉਹ 3 ਕਾਨੂੰਨ ਬਣਾਏ ਆ, ਉਹ ਸਰਕਾਰ ਅੱਜ ਵਾਪਸ ਲੈ ਲਈ। ਅੱਜ ਜਿਹੜਾ 100ਵਾਂ ਦਿਨ ਹੋ ਗਿਆ ਸਾਨੂੰ ਇੱਥੇ ਕੰਮ ਕਰਦਿਆਂ ਨੂੰ, 37ਵਾਂ ਦਿਨ ਸਾਡਾ ਉੱਥੇ ਦਿੱਲੀ ਦੇ ਵਿੱਚ ਬੈਠਿਆਂ ਨੂੰ ਹੋ ਗਿਆ ਠੰਡ ਦੇ ਵਿੱਚ। 40 ਸਾਡੀਆਂ ਜਿਹੜੀਆਂ ਕੀਮਤੀ ਜਾਨਾਂ ਜਿਹੜੀਆਂ ਉੱਥੇ ਜਿਹੜੀਆਂ ਉਹ ਸ਼ਹੀਦੀਆਂ ਪ੍ਰਾਪਤ ਕਰ ਗਈਆਂ, ਪਰ ਇਹਨਾਂ ਦੇ ਅੱਜ ਤੱਕ ਕੰਨ 'ਤੇ ਜੂ ਨਹੀਂ ਸਰਕੀ। ਉਹਦੇ ਤਹਿਤ ਸਾਡੇ ਜਥੇਬੰਦੀ ਵੱਲੋਂ BJP ਦੇ ਜਿਹੜੇ ਹੈਗੇ ਨੇ MLA ਜਾਂ ਉਹ ਵੀ ਜੋ ਵੀ ਅਹੁਦੇਦਾਰ ਆ, ਉਹਨਾਂ ਦਾ ਘਿਰਾਓ ਕਰਨ ਦਾ ਅਸੀਂ ਪ੍ਰੋਗਰਾਮ ਬਣਾਇਆ। ਇਹ ਲਗਾਤਾਰ ਨਿਰੰਤਰ ਜਾਰੀ ਜਾਊਗਾ। ਇਹਨਾਂ ਘਿਰਾਓ ਦਾ ਮਤਲਬ ਇਹ ਆ ਕਿ ਇਹਨਾਂ ਨੂੰ ਸੁੱਤਿਆਂ ਨੂੰ ਜਗਾਉਣਾ, ਕਿਉਂਕਿ ਜਿੱਦਣ ਇਹਨਾਂ ਨੇ ਸੱਤਾ ਲਈ ਸੀ ਉੱਦਣ ਸੁੱਖ ਸਹੂਲਤਾਂ ਮਾਰੀਆਂ ਪੰਜਾਬ ਦੇ ਰਹਿਣ ਵਾਲੇ ਪੰਜਾਬ ਦੇ, ਅਤੇ ਪੰਜਾਬ ਨਾਲ ਗਦਾਰੀ ਕਰਨ, ਇਹ ਪੰਜਾਬ ਨੂੰ ਕਿਸਾਨੀ ਦੇ ਕਾਨੂੰਨ ਸਮਝਾਉਂਦੇ ਆ। ਜੇ ਕਿਸਾਨੀ ਨੂੰ ਨਹੀਂ ਕਾਨੂੰਨ ਚਾਹੀਦੇ, ਤੁਸੀਂ ਵਾਪਸ ਲੈ ਲਓ। ਇਹ ਕਿੰਨਾ ਔਖਾ ਕੰਮ ਆ, ਇਹਨਾਂ ਲੋਕਾਂ ਨੂੰ 40 ਜਾਨਾਂ 'ਚ ਕੀਮਤੀ ਇੱਕ ਜਿਹਨਾਂ ਦੇ ਘਰਾਂ ਦੇ ਜੀਵੇ ਚਿਰਾਗ ਬੁਝ ਗਏ ਨੇ, ਉਹਨਾਂ ਨੂੰ ਜਾ ਕੇ ਪੁੱਛੋ ਉਹਨਾਂ ਦਾ ਕੀ ਵਾਪਰਦੀ ਆ। ਇਹ ਸਾਡੇ ਜਥੇਬੰਦੀ ਵੱਲੋਂ ਹੁਕਮ ਆਹੀ ਆ ਕਿ ਅੱਜ ਇੱਥੋਂ ਇੰਨੀਆਂ ਬਟਾਲੇ ਦੇ ਇੰਨੀਆਂ ਸਾਰੇ ਦੇਸ਼ ਵਿੱਚ ਆ ਜਿੰਨੇ BJP ਦੇ ਲੀਡਰ ਨੇ ਕਿਸੇ ਵੀ ਲੈਵਲ ਦੇ ਹੋਣ ਥੱਲੇ ਉੱਤੇ, ਉਹਨਾਂ ਦਾ ਆਪਾਂ ਘਿਰਾਓ ਕਰਨਾ, ਉਹ ਤਾਂ ਕਿ ਜਿਹੜਾ ਇਹ ਜਿਹੜੇ ਥੱਲੇ ਵਾਲੇ ਲੀਡਰ ਨੇ ਇਹ ਵੀ ਉੱਪਰ ਜਾ ਕੇ ਦੱਸਣ ਵੀ ਸਾਡੇ ਉੱਤੇ ਕਿੰਨਾ ਪ੍ਰੈਸ਼ਰ ਹੈ, ਉਹ ਜੋ ਗਲਤ ਹੋ ਰਿਹਾ ਹੈ ਹੁਣ ਤਾਂ ਬੱਚਾ ਜੋ ਵੀ ਆ, ਪਹਿਲਾਂ ਪੰਜਾਬ ਦਾ ਸੀਗਾ ਹੁਣ ਸਾਰੇ ਦੇਸ਼ ਦਾ ਜੋ ਹੈ ਉਹ ਇਹਨਾਂ ਕਾਨੂੰਨਾਂ ਬਾਰੇ ਸਭ ਕੁਝ ਜਾਣ ਗਿਆ ਹੈ ਕਿ ਕਿੰਨੇ ਕਾਥੂ ਨੇ, ਹਰ ਕੋਈ ਵਰਗ ਦਾ ਜਿਹੜਾ ਬੰਦਾ ਦੁਖੀ ਹੈ ਇਹਨਾਂ ਕਾਨੂੰਨਾਂ 'ਤੇ। ਇਸ ਕਰਕੇ ਪਤਾ ਇਹਨਾਂ ਨੂੰ ਲੱਗ ਗਿਆ BJP ਆ ਨੂੰ, ਤਾਂ ਹੀ ਤਾਂ BJP ਆ ਕਿੰਨੇ ਲੋਕ ਜੋ ਪਾਰਟੀ ਛੱਡ ਰਹੇ ਨੇ, ਇਹਨਾਂ ਆਪ ਅਸਤੀਫੇ ਦੇ ਰਹੇ ਨੇ। ਉਹ ਅੱਜ ਤੁਸੀਂ ਦੇਖਿਆ ਹੋਇਆ ਕੇਰਲਾ ਅਸੈਂਬਲੀ 'ਚ ਇੱਕ ਵਾਜਪਾਈ ਦੇ ਮਿਨਿਸਟਰੀ ਦੇ ਵਿੱਚ ਰਾਜ ਦੇ ਵਿੱਚ ਇੱਕ ਬੰਦਾ ਇਹਨਾਂ ਕੈਬਨਿਟ ਮਿਨਿਸਟਰ ਰਿਹਾ ਸੀਗਾ, ਉਹਨੇ ਵੀ BJP ਤੋਂ ਅਸਤੀਫਾ ਦੇ ਦਿੱਤਾ। ਸੋ ਇਹ ਚੀਜ਼ ਆ BJP ਨੂੰ ਸਮਝਣੀ ਚਾਹੀਦੀ ਆ, ਉਹ ਇਹ ਕਾਨੂੰਨ ਫਟਾਫਟ ਰੱਦ ਕਰਨ ਦੀ। ਸਰਕਾਰ ਕਹਿੰਦੀ ਹੈ ਕਿ ਅਸੀਂ ਸੋਧ ਕਰਨ ਨੂੰ ਤਿਆਰ ਹਾਂ, ਸਾਡੇ ਕੋਲ ਹੁਣੇ ਕਰਾ ਲਓ, ਲੇਕਿਨ ਜਿਹੜੇ ਕਾਨੂੰਨ ਨੇ ਉਹ ਕਿਤੇ ਨਾ ਕਿਤੇ ਰੱਦ ਨਹੀਂ ਹੋਣਗੇ। ਸੋਧ ਕਰਨਾ ਕੋਈ ਮਤਲਬ ਨਹੀਂ ਆ। ਪਹਿਲੀ ਚੀਜ਼ ਕਿ ਇਹ ਜੋ ਆ ਖੇਤੀ ਕਾਨੂੰਨ ਲਿਆਉਂਦੇ ਨੇ ਇਹ ਸੈਂਟਰਲ ਗੌਰਮੈਂਟ ਦੇ ਅਦਾਰੇ ਵਿੱਚ ਆਉਂਦੇ ਨਹੀਂ, ਵਿਸ਼ਾ ਨਹੀਂ ਆ, ਇਹ ਸਟੇਟ ਸਬਜੈਕਟ ਹੈ। ਸੈਂਟਰਲ ਗੌਰਮੈਂਟ ਇਹ ਕਾਨੂੰਨ ਬਣਾ ਹੀ ਨਹੀਂ ਸਕਦੇ, ਇਹ ਸਟੇਟ ਸਬਜੈਕਟ ਹੈ, ਇਹ ਸਟੇਟ ਦੇ ਅੰਦਰ ਆਉਂਦਾ। ਸੰਘਰਸ਼ ਕਮੇਟੀ ਬਟਾਲੇ ਦਾ ਪ੍ਰਧਾਨ ਆ, ਕੱਠੂ ਨੰਗਲ ਜੋਨ ਦਾ ਸਕੱਤਰ ਆ। ਪ੍ਰਧਾਨ ਜੀ, ਤੁਹਾਡੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਕਿਸਾਨੀ ਦੀ ਕੋਠੀ ਬਾਰੇ, ਇਹਦੇ ਬਾਰੇ ਥੋੜ੍ਹਾ ਦੱਸ ਦਿਓ। ਇਹ ਜੀ ਸਾਡਾ ਅੱਜ ਨਵਾਂ ਸਾਲ ਸੀਗਾ, ਸਾਡੇ ਜਥੇਬੰਦੀ ਵੱਲੋਂ ਆਪਣਾ ਕਾਨੂੰਨੀ ਤੌਰ 'ਤੇ ਨਾ ਇੱਕ ਆਪਣਾ ਤੌਰ 'ਤੇ ਸਲਾਹ ਕਰਕੇ ਕਿ ਜਿਹੜਾ ਨਵਾਂ ਸਾਲ ਆ ਉਹ ਨਵਾਂ ਸਾਲ ਅਸੀਂ ਨਹੀਂ ਮਨਾ ਰਹੇ, ਕਿਉਂਕਿ ਸਾਡਾ ਸਾਰਾ ਹੀ ਕਿਸਾਨ ਦਿੱਲੀ ਬੈਠਾ ਵਾ, ਗਹਿਰੀ ਸਾਡੀ ਰੇਲ ਆ, ਇਹ ਰੋਕੋ ਉੱਦਾਂ ਹੀ ਪ੍ਰਦਰਸ਼ਨ ਚੱਲਣ ਡਿਆ ਵਾ। ਇਸ ਕਰਕੇ ਅਸੀਂ ਜਿੰਨੇ ਵੀ ਇਹਨਾਂ ਦੇ BJP ਦੇ MLA ਆ, ਪ੍ਰਧਾਨ ਆ, ਇਹਨਾਂ ਦੇ ਮੌਲ ਆ, ਜਾਂ ਹੋਰ ਵੀ ਇਹਨਾਂ ਦੀ ਦਾਇਰਾ ਆਉਂਦੇ ਆ, ਉਹਨਾਂ ਦੇ ਹੱਥ 2 ਘੰਟੇ ਦਾ ਸਾਡਾ ਪ੍ਰਦਰਸ਼ਨ ਆ ਅੱਜ ਲਗਾਤਾਰ ਪੂਰੇ ਪੰਜਾਬ 'ਚ ਵੀ, ਭਾਰਤ 'ਚ ਵੀ ਇੱਦਾਂ ਹੀ ਆ ਸਾਰਿਆਂ BJP ਦਾ। ਕਿਸਾਨਾਂ ਨੇ ਕਿਹਾ ਕਿ ਜੇਕਰ ਜਲਦ ਤੋਂ ਜਲਦ ਕੇਂਦਰ ਸਰਕਾਰ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰਦੇ ਤਾਂ ਆਉਣ ਵਾਲੇ ਦਿਨਾਂ 'ਚ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਅਤੇ ਹੋਰਨਾਂ ਸੂਬਿਆਂ 'ਚ ਆਪਣਾ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਭਾਜਪਾ ਦੇ ਨੇਤਾਵਾਂ ਦੇ ਘਿਰਾਓ ਵੀ ਇੱਦਾਂ ਹੀ ਜਾਰੀ ਰਹਿਣਗੇ। ਨਿਊਜ਼ ਡੈਸਕ ਤੋਂ ਸ਼ਿਖਾ ਪੰਡੇ ਦੇ ਨਾਲ ਸੰਦੀਪ ਸਿੰਘ ਸਹੋਤਾ, ਵੌਇਸ ਆਫ ਪੰਜਾਬ, ਗੁਰਦਾਸਪੁਰ।